ਬਣਾ ਦੇਣੀ ਹੈ। ਇੱਕ ਇਨਸਾਨ ਇੱਕ ਹਸਬੰਡ ਵਾਈਫ ਹੁੰਦੇ ਆ, ਰਹਿੰਦੇ ਹੁੰਦੇ ਆ ਪਹਾੜ ਤੇ, ਰਹਿੰਦੇ ਹੁੰਦੇ ਆ, ਬੜਾ ਕੋਈ ਸੋਰਸ ਆਫ ਇਨਕਮ ਕੋਈ ਖਾਸ ਨਹੀਂ ਹੁੰਦਾ। ਤੇ ਹਸਬੰਡ ਕਹਿੰਦਾ ਹੈ ਕਿ ਇੱਥੇ ਤੇ ਗੁਜ਼ਾਰਾ ਨਹੀਂ ਹੁੰਦਾ, ਮੈਂ ਜਾ ਕੇ ਸ਼ਹਿਰ ਜਾ ਕੇ ਕਮਾਈ ਕਰਦਾ ਵਾਂ ਤੇ ਕੁਛ ਲਿਆਵਾਂਗਾ, ਬਟ ਯੂ ਪ੍ਰੋਮਿਸ ਮੀ ਕਿ ਯੂ ਰਿਮੇਨ ਲੋਇਲ ਟੂ ਮੀ, ਤੇ ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਮੈਂ ਤੇਰੇ ਨਾਲ ਵਫਾ ਕਰਾਂ। ਤੂੰ ਵੀ ਕਰੀ ਕੋਸ਼ਿਸ਼ ਕਿ ਜੇ ਪੂਰਾ ਪ੍ਰੋਮਿਸ ਕਰਕੇ ਤੂੰ ਵੀ ਵਫਾ ਕਰੇਂਗੀ ਤੇ ਮੈਂ ਵੀ ਵਫਾ ਕਰਾਂਗਾ। ਐਂਡ ਹੀ ਗੋਜ਼ ਟੂ ਸਿਟੀ, ਹੀ ਵਰਕਸ ਦੇਅਰ, ਐਂਡ ਹੀ ਟੈਲਸ ਹਿਸ ਬੌਸ ਕਿ ਜਦੋਂ ਉਹਨੂੰ ਤਨਖਾਹ ਮਿਲਣ ਲੱਗਦੀ ਹੈ ਤੇ ਉਹ ਕਹਿੰਦਾ ਵੀ ਤੁਸੀਂ ਰੱਖ ਲਓ, ਜਿੱਦਣ ਮੈਂ ਘਰ ਜਾਵਾਂਗਾ ਉਦਣ ਮੈਂ ਤੁਹਾਡੇ ਕੋਲੋਂ ਲੈ ਲਾਂਗਾ, ਠੀਕ ਹੈ। ਐਂਡ 20 ਈਅਰਸ ਹੀ ਵਰਕਸ ਦੇਅਰ, 20 ਈਅਰਸ ਹੀ ਵਰਕਸ ਦੇਅਰ, ਸਾਰੀ ਉਹਦੀ ਜਵਾਨੀ ਉੱਥੇ ਖਤਮ ਹੋ ਜਾਂਦੀ ਹੈ। ਤੇ ਜਦੋਂ ਜਾਣ ਲੱਗਦਾ ਤੇ ਉਹਨੂੰ ਬੌਸ ਨੂੰ ਕਹਿੰਦਾ ਕਿ ਹੁਣ ਮੈਨੂੰ ਤਨਖਾਹ ਦੇ ਦਿਓ, ਮੈਂ ਜਾਣਾ। ਤੇ ਬੌਸ ਉਹਨੂੰ ਸਵਾਲ ਕਹਿੰਦਾ ਕਿ ਵੀ ਯਾ ਮੇਰੇ ਕੋਲ ਅ ਪੀਸ ਆਫ ਐਡਵਾਈਸ ਹੈ, ਕੁਛ ਨਸੀਹਤ ਆਈਆਂ, ਯਾ ਤੂੰ ਉਹ ਲੈ ਲੈ ਤੇ ਯਾ ਇਹ ਕਮਾਈ ਲੈ ਲੈ ਜੀਵਨ ਭਰ ਦੀ ਆਪਣੀ, ਫੈਸਲਾ ਤੇਰਾ, ਯਾ ਕਮਾਈ ਲਏਗਾ ਯਾ ਨਸੀਹਤ ਲਏਗਾ, ਦੋਨੋਂ ਚੀਜ਼ਾਂ ਨਹੀਂ ਮਿਲਣਗੀਆਂ ਤੈਨੂੰ। ਐਂਡ ਯੂ ਡਿਸਾਈਡ ਇਟ। ਜਿਸ ਬੰਦੇ ਨੇ ਸਾਰੀ ਉਮਰ ਪੈਸਿਆਂ ਲਈ ਕੰਮ ਕੀਤਾ ਹੋਵੇ, ਵਟ ਵਿਲ ਹੀ ਥਿੰਕ, ਕੀ ਲਏਗਾ? ਪੈਸਾ ਲਏਗਾ ਨਾ, ਠੀਕ ਹੈ। ਦੋ ਦਿਨ ਉਹ ਸੋਚਦਾ ਰਹਿੰਦਾ, ਤੀਸਰੇ ਦਿਨ ਉਹ ਡਿਸਾਈਡ ਕਰਦਾ ਕਿ ਨਹੀਂ, ਮੈਂ ਤੇ ਨਸੀਹਤ ਆਈ ਲੈ ਕੇ ਜਾਣੀ ਆ, ਕੋਈ ਗੱਲ ਨਹੀਂ, ਦੇਖੀ ਜਾਏਗੀ ਜੋ ਹੋਏਗਾ। ਤੇ ਉਹਨੂੰ ਕਹਿੰਦਾ ਕਿ ਤਿੰਨ ਗੱਲਾਂ ਦਾ ਧਿਆਨ ਰੱਖਣਾ ਜ਼ਿੰਦਗੀ ਚ, ਕਦੀ ਸ਼ਾਰਟਕੱਟ ਨਹੀਂ ਅਪਣਾਉਣਾ, ਠੀਕ ਹੈ। ਦੂਸਰਾ, ਬਹੁਤਾ ਓਵਰ ਕਿਊਰੀਅਸ ਨਹੀਂ ਹੋਣਾ, ਕੀ ਹੋ ਰਿਹਾ, ਕਿਉਂ ਹੋ ਰਿਹਾ, ਕਿੱਥੇ ਹੋ ਰਿਹਾ, ਕਿਹਦੇ ਨਾਲ ਕੀ ਹੈ, ਬਹੁਤ ਕਿਊਰੋਸਿਟੀ ਨਹੀਂ ਮਾਇੰਡ ਵਿੱਚ ਰੱਖਣੀ, ਆਪਣੇ ਨਾਲ ਬਹੁਤਾ ਕੁਨੈਕਸ਼ਨ ਰੱਖਣਾ ਜ਼ਿੰਦਗੀ ਦੇ ਵਿੱਚ, ਦੂਜਿਆਂ ਦੇ ਮਾਮਲਿਆਂ ਚ ਨਹੀਂ ਪੈਣਾ, ਠੀਕ ਹੈ। ਤੇ ਤੀਸਰੀ ਗੱਲ, ਕੋਈ ਗੁੱਸੇ ਚ, ਬਹੁਤ ਗੁੱਸੇ ਚ ਜਾਂ ਬਹੁਤ ਖੁਸ਼ੀ ਚ ਕੋਈ ਫੈਸਲਾ ਨਹੀਂ ਕਰਨਾ, ਠੀਕ ਹੈ। ਐਂਡ ਦੈਨ ਹੀ ਡਸਨਟ ਗਿਵ ਹਿਮ ਮਨੀ, ਹੀ ਗਿਵਸ ਹਿਮ 3 ਲੋਫਸ ਆਫ ਬ੍ਰੈਡ, ਹੀ ਸੇਜ਼ ਕਿ ਦੋ ਰਸਤੇ ਵਾਸਤੇ ਇੱਕ ਘਰ ਖਾ ਲਿਓ ਜਾ ਕੇ। ਪੈਸੇ ਉਹਦੇ ਕੋਲ ਹੁੰਦੇ ਨਹੀਂ, ਗੱਡੀ ਬੱਸ ਕੋਈ ਕਰ ਨਹੀਂ ਸਕਦਾ, ਤੁਰਨ ਲੱਗਦਾ ਤੇ ਰਸਤਾ ਵੀ ਨਹੀਂ ਪਤਾ ਹੁੰਦਾ। ਕਿਸੇ ਰਾਹੀਗੀਰ ਨੂੰ ਪੁੱਛਦਾ ਤੇ ਉਹ ਕਹਿੰਦਾ ਵੀ ਇੱਥੋਂ ਜਾਏਗਾ ਤੇ 21 ਦਿਨ ਲੱਗਣਗੇ ਤੇ ਇੱਥੋਂ ਜਾਏਗਾ ਤੇ 5 ਦਿਨ ਲੱਗਣਗੇ। ਐਵਰੀ ਵਾਈਜ਼ ਮੈਨ ਵਿਲ ਸੇ ਦੈਟ ਆਈ ਵਿਲ ਗੋ ਦਿਸ ਵੇ, ਬਟ ਉਹਨੂੰ ਯਾਦ ਆ ਜਾਂਦੀ ਗੱਲ ਕਿ ਮੇਰੇ ਬੌਸ ਨੇ ਕਿਹਾ ਸੀ ਕਿ ਸ਼ਾਰਟਕੱਟ ਨਹੀਂ ਅਪਣਾਉਣਾ, ਤੋ ਹੀ ਗੋਜ਼ ਟੂ ਦਾ ਲੌਂਗ ਵੇ। ਐਂਡ ਜਾਂਦਾ, ਰਾਤ ਪੈ ਜਾਂਦੀ ਹੈ ਤੇ ਫਾਰਮਰ ਕਿਸੇ ਵਿਲੇਜਰ ਦੇ ਘਰ ਚ ਕਹਿੰਦਾ ਮੈਨੂੰ ਰਹਿਣ ਦਿਓ ਇੱਥੇ ਰਾਤੀ। ਉਹ ਕਹਿੰਦਾ ਕੋਈ ਨੀ, ਰਹਿ ਜਾ। ਉਹ ਕਹਿੰਦਾ ਮੈਂ ਇਸ ਰਸਤੇ ਆਇਆ, ਇਸ ਰਸਤੇ ਨਹੀਂ ਆਇਆ, ਉਹ 5 ਦਿਨਾਂ ਦਾ ਰਸਤਾ ਸੀ। ਕਹਿੰਦੇ ਬਹੁਤ ਚੰਗਾ ਕੀਤਾ, ਉੱਥੇ ਜੰਗਲ ਪੈਂਦੇ, ਰਾਤੀ ਜੰਗਲੀ ਜਾਨਵਰ ਹੁੰਦੇ ਆ, ਉਧਰੋਂ ਜਾਂਦਾ ਤਾਂ ਤੂੰ ਬਚਣਾ ਹੀ ਨਹੀਂ ਸੀਗਾ। ਮੈਨੂੰ ਇਸ ਥੈਂਕਫੁਲ ਟੂ ਗੋਡ ਕਿ ਮੈਨੂੰ ਉਹਨੇ ਕਿਹਾ ਸੀ ਕਿ ਸ਼ਾਰਟਕੱਟ ਨਹੀਂ ਲੈਣਾ। ਕਹਿੰਦਾ ਮੇਰੇ ਕੋਲ ਤਾਂ ਕੋਈ ਬਹੁਤੀ ਜਗ੍ਹਾ ਨਹੀਂ ਹੈਗੀ, ਬਾਹਰ ਸ਼ੈਕ ਹੈਗਾ, ਸ਼ੈਕ ਹੁੰਦਾ ਜਿੱਥੇ ਉਹ ਸਾਰੀ ਤੂੜੀ ਤਾੜੀ ਰੱਖਦੇ ਆ, ਉੱਥੇ ਆਰਾਮ ਨਾਲ ਸੌ ਜਾ ਤੂੰ, ਹੋਰ ਤੇ ਜਗ੍ਹਾ ਕੋਈ ਨਹੀਂ ਹੈਗੀ। ਅੱਧੀ ਰਾਤੀ ਉਹਨੂੰ ਆਵਾਜ਼ਾਂ ਆਉਂਦੀਆਂ, ਆਵਾਜ਼ਾਂ ਆਉਂਦੀਆਂ ਤੇ ਦਰਵਾਜ਼ਾ ਖੋਲਣ ਲੱਗਦਾ ਕਿ ਦੇਖਾਂ ਬਾਹਰ ਕੀ ਹੈ। ਫਿਰ ਉਹਨੂੰ ਯਾਦ ਆ ਜਾਂਦਾ ਕਿ ਮੈਂ ਬਹੁਤ ਕਿਊਰੀਅਸ ਨਹੀਂ ਹੋਣਾ ਕਿਸੇ ਗੱਲ ਦੀ, ਨਹੀਂ ਖੋਲਦਾ। ਫਿਰ ਉਹ ਫਾਰਮਰ ਆਉਂਦਾ, ਉਹਨੂੰ ਦੇਖਦਾ ਬੜਾ ਖੁਸ਼ ਹੁੰਦਾ, ਕਹਿੰਦਾ ਮੈਨੂੰ ਤੇ ਤੈਨੂੰ ਕਹਿਣਾ ਯਾਦ ਭੁੱਲ ਗਿਆ ਕਿ ਰਾਤੀ ਇੱਥੇ ਸ਼ੇਰ ਆਉਂਦਾ ਹੁੰਦਾ ਕਦੀ ਕਦੀ ਤੇ ਬੰਦੇ ਪਾੜ ਕੇ ਖਾ ਜਾਂਦਾ ਹੁੰਦਾ, ਤੇ ਮੈਂ ਤੈਨੂੰ ਕਹਿਣਾ ਸੀ ਦਰਵਾਜ਼ਾ ਨਾ ਖੋਲੇ। ਆਈ ਐਮ ਵੈਰੀ ਹੈਪੀ ਕਿ ਤੂੰ ਬਚ ਗਿਆ, ਤੂੰ ਦਰਵਾਜ਼ਾ ਨਹੀਂ ਖੋਲਿਆ। ਦੈਨ ਹੀ ਇਜ਼ ਥੈਂਕਫੁਲ ਕਿ ਮੇਰੇ ਬੌਸ ਨੇ ਮੈਨੂੰ ਕਹਿ ਕੇ ਭੇਜਿਆ ਸੀਗਾ ਕਿ ਕਿਊਰੀਅਸ ਨਹੀਂ ਹੋਣਾ ਬਹੁਤ ਜ਼ਿਆਦਾ। ਤਾਂ ਪਹੁੰਚਦਾ ਆਪਣੇ ਘਰ, ਪਹੁੰਚਦਾ ਸ਼ਾਮ ਪੈ ਗਈ ਹੁੰਦੀ ਹੈ, ਬੱਤੀ ਜਗਦੀ ਹੁੰਦੀ ਹੈ, ਤੇ ਦੇਖਦਾ ਕਿ ਵਾਈਫ ਕਿਸੇ ਯੰਗ ਜੇ ਬੰਦੇ ਨਾਲ ਉਹਨੂੰ ਹੱਕ ਕਰ ਰਹੀ ਹੁੰਦੀ ਹੈ, ਕਿਸ ਕਰ ਰਹੀ ਹੁੰਦੀ ਹੈ। ਬੜਾ ਗੁੱਸਾ ਚੜਦਾ ਉਹਨੂੰ ਕਿ ਵੀ ਮੈਂ ਇਹਨੂੰ ਕਿਹਾ ਸੀ ਲੋਇਲ ਨਹੀਂ, ਐਂਡ ਸ਼ੀ ਇਜ਼ ਨਾਟ ਲੋਇਲ ਟੂ ਮੀ। ਐਂਡ ਵਾਪਸ ਜਾਣ ਲੱਗਦਾ, ਫਿਰ ਧਿਆਨ ਆ ਜਾਂਦਾ ਕਿ ਕੋਈ ਗੁੱਸੇ ਚ ਫੈਸਲਾ ਨਹੀਂ ਕਰਨਾ, ਬਾਹਰ ਹੀ ਉੱਥੇ ਸੌ ਜਾਂਦਾ। ਤੇ ਸਵੇਰੇ ਉੱਠ ਕੇ ਵਾਈਫ ਜਦੋਂ ਦਰਵਾਜ਼ਾ ਖੋਲਦੀ ਦੇਖਦੀ ਹੈ ਕਿ ਉਹਦਾ ਹਸਬੈਂਡ ਉੱਥੇ ਹੈਗਾ, ਉਹਨੂੰ ਜਾ ਕੇ ਉਠਾਉਂਦੀ ਹੈ, ਜੱਫੀ ਪਾਉਂਦੀ ਹੈ ਤੇ ਉਹਨੂੰ ਧੱਕਾ ਮਾਰਦਾ, ਕਹਿੰਦਾ ਵੀ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ, ਮੈਂ ਤੇਰੇ ਕੋਲ ਵਾਅਦਾ ਲਿੱਤਾ ਸੀ, ਬਟ ਯੂ ਆਰ ਨਾਟ ਟਰੂ ਟੂ ਯੂਅਰ ਪ੍ਰੋਮਿਸ। ਦੈਨ ਸ਼ੀ ਇਜ਼ ਐਕਸਪਲੇਨ ਕਿ ਜਿਹਨੂੰ ਤੂੰ ਕੱਲ ਦੇਖਿਆ ਸੀ ਉਹ ਤੇਰਾ ਹੀ ਪੁੱਤਰ ਸੀਗਾ, ਵੈਨ ਯੂ ਲੈਫਟ ਮੀ ਦੈਨ ਆਈ ਵਾਸ ਐਕਸਪੈਕਟਿੰਗ ਦੈਟ ਟਾਈਮ, ਹੀ ਇਜ਼ ਯੂਅਰ ਸਨ, ਉਹਦਾ ਕੱਲ ਜਨਮ ਦਿਨ ਸੀਗਾ, ਕੱਲ ਉਹ 20 ਸਾਲ ਦਾ ਹੋਇਆ। ਦੈਨ ਹੀ ਇਜ਼ ਅਗੇਨ ਵੈਰੀ ਥੈਂਕਫੁਲ ਕਿ ਮੈਂ ਕੋਈ ਗੁੱਸੇ ਦੇ ਵਿੱਚ ਗਲਤ ਫੈਸਲਾ ਨਹੀਂ ਲਿੱਤਾ, ਕਿ ਇਟ ਇਜ਼ ਹਿਜ਼ ਸਨ ਓਨਲੀ। ਫਿਰ ਉਹ ਡੋਰ ਬੰਦ ਤੇ ਰਸਤੇ ਚ ਖਾ ਲੈਂਦਾ, ਤੀਸਰਾ ਬੰਦ ਉਹ ਆਪਣੀ ਵਾਟੀ ਨੂੰ ਫੜਾਉਂਦਾ ਕਿ ਇਹਨੂੰ ਕੱਟ ਕੇ ਖਵਾ, ਮੇਰੇ ਸੇਠ ਨੇ ਦਿੱਤਾ, ਦਿਸ ਇਜ਼ ਦੀ ਓਨਲੀ ਥਿੰਗ ਆਈ ਹੈਵ ਬਰੋਟ। ਤੇ ਵੈਨ ਦ ਲੇਡੀ ਕੱਟਸ ਦੈਟ ਲੋਫ, ਤੇ ਉਹ ਬੌਸ ਨੇ ਉਹਦੇ ਸਾਰੇ ਜਿਹੜੇ ਡਾਲਰ ਹੁੰਦੇ ਆ ਉਹ ਬੰਦ ਦੇ ਵਿੱਚ ਪਾ ਕੇ ਉਹਨੂੰ ਦਿੱਤੇ ਹੁੰਦੇ ਆ, ਠੀਕ ਹੈ। ਸੋ ਇਹਦੀ ਤੁਹਾਡੀ ਚੋਇਸ ਹੈ ਜ਼ਿੰਦਗੀ ਚ ਕਿ ਤੁਸੀਂ ਪੈਸੇ ਨੂੰ ਇੰਪੋਰਟੈਂਸ ਦੇਣੀ ਹੈ, ਕਿ ਤੁਸੀਂ ਕਿਸੇ ਦੀ ਨਸੀਹਤ ਨੂੰ ਲੈ ਕੇ ਉਹਦੇ ਤੇ ਚੱਲਣਾ। ਸੋ ਦਿਸ ਇਜ਼ ਇਟ।
तीसरी हमेशा कोशिश करया करो, दिस इज माई वर्ड ऑफ एक्सपीरियंस फ्रॉम माई सेल्फ, अपने अंदर की आवाज सुनिया करो। ठीक है, हुन सवाल कॉमन है, पूछा जाता अंदर की आवाज कितों आती है। ठीक है, हर बंदे दे अंदर अंदर की आवाज होंदी है, जिस दिन ओनू सुनना शुरू करोगे ना थोड़ा जा भी, उदनों तुहानू सुनाना शुरू कर देगा। ठीक है, सुनिया करो, तुहानू बिलकुल राइट गाइडेंस मिलेगी उहदे तों। कदी भी बंदा कन्फ्यूज हुंदा है ना, अपने दिल ते हाथ रख के आवाज नू पुछा करो कि है। किसे पंजाबी कवि दा ओ हैगा मुहावरा, ना मंदिर दी ना मस्जिद दी कोई गल सुनावे अंदर दी। ठीक है, ना मंदिर दी ना मस्जिद दी कोई गल सुनावे अंदर दी। सो आई हैव रिटन फ्यू लाइंस एंड इट इज वेरी ब्यूटीफुल, सो आई वुड लाइक। पत्थर दी इमारत है जिथे जाके बहने आ, तेरा पता ते नहीं मिलदा उंज नाम ते लैने आ। पत्थर दी इमारत है जिथे जाके बहने आ, तेरा पता नहीं मिलदा उंज नाम ते लैने आ। ते फकीर उथे लंघदा हुंदा है ते ओ अगो जवाब दिंदा है, वेखी नी वेखी अड़िए अंदर बोले कौन, बार जिन्हां नू लभदी है किते ओही सज्जन ना होन। ठीक है, सो ट्राई टू लिसन टू योर इनर थिंग, जिन्हों असी बाहर लभदे हां तुहाडे अंदर ही है, ते ओनू अंदर सुनोगे, कोशिश करोगे तो तुहानू आवाजां सुनाना शुरू कर देगा। सो दैट इज